ਕਿਲ ਕਰਦਾ ਕਿਲ ਕਿਲ ਲਿਓ ਇੱਥੋਂ ਕਿਲ ਕਰਦਾ ਇਹ ਇਨੀਸ਼ੀਏਟਿਵ ਲਿਆ ਆਪਾਂ ਟੁੰਨੂ ਨੂੰ ਆਜ਼ਾਦ ਕਰਾਉਣਾ ਹੀ ਕਰਾਉਣਾ ਆਪਾਂ ਵੱਡੇ ਸਾਰੇ ਬੰਦੇ ਤੋਂ ਚੱਲਦੀ ਨਹੀਂ ਅਸਲੋਂ ਨਿਕਲਦੀ ਬੂਮ ਬੂਮ ਮਸਤਾਇੰਗ ਹਬੀਬੀ ਲੁੱਕ ਐਟ ਮਾਈ ਮਿਸਟਰ ਤੋਊਗਾ ਪਤਾ ਨਹੀਂ ਕਿੰਨੇ ਕੁ ਦਿਨ ਤੱਕ ਔਰ ਇੱਜ਼ਤ ਮਿਲਦੀ ਆ ਮਸਤਾਇੰਗ ਨਾਲ ਜੈਕਟ ਆਪਾਂ ਲੈ ਲਈ ਆ ਜੈਕਟ ਹੈਗੀ ਆ ਤੇ ਉੱਥੇ ਠੰਡ ਹੋਣੀ ਮੈਨੂੰ ਪਤਾ ਹਾਂਜੀ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਅਤੇ ਅੱਜ ਦਾ ਵਲੌਗ ਆਪਾਂ ਕਰਨ ਲੱਗੇ ਸਟਾਰਟ ਨਹਾ ਤੋਂ ਆਪਾਂ ਲੈ ਹਾਂ ਲੱਗਦੇ ਤਾਂ ਹੁੰਦੇ ਨਹੀਂ ਵੈਸੇ ਨਾਤੇ ਤੋਂ ਉੱਤੇ ਅਤੇ ਚਲੋ ਕੋਈ ਗੱਲ ਨਹੀਂ ਹੁਣ ਪ੍ਰੋਗਰਾਮ ਵੀ ਦੱਸੋ ਆਹੋ ਆਹੋ ਨੂੰ ਲੈ ਕੇ ਜਾਣਾ ਅੱਜ ਮੈਂ ਕਿੱਥੇ ਬੀਚ 'ਤੇ ਉੱਥੇ ਹੀ ਕਰਨਾ ਪਾਰਟੀ ਉੱਥੇ ਬੀਚ 'ਤੇ ਕਰਨੀ ਪਾਰਟੀ ਅਤੇ ਇਲੈਕਟ੍ਰਿਕ ਸਕੂਟਰ ਚਲਾਉਣਾ ਓਕੇ ਫਿਰ ਉਸ ਤੋਂ ਬਾਅਦ ਰੈਸਟੋਰੈਂਟ ਜਾਵਾਂਗੇ ਖਾਣ ਨੂੰ ਓਕੇ ਫਿਰ ਉਸ ਤੋਂ ਬਾਅਦ ਸਵੀਟ ਲਈ ਕੁਝ ਖਾਣ ਜਾਵਾਂਗੇ ਇਹਦੇ ਵਿੱਚ ਸਿਰਫ ਇਲੈਕਟ੍ਰਿਕ ਸਕੂਟਰ ਹੀ ਚਲਾਉਣਾ ਬਾਕੀ ਦੋ ਚੀਜ਼ਾਂ ਨਹੀਂ ਮੰਨੀਆਂ ਜਾਣਗੀਆਂ ਨਾ 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 ਬੂ ਬੂ ਹੋ ਗਿਆ ਕਿਉਂ ਕਿਉਂ ਬਈ ਨਾ 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 ਬੂ ਬੂ ਹੋ ਗਿਆ ਨਾ ਬੂ ਦਾ ਹਾਂ ਕਿੱਦਾਂ ਤੂੰ ਬਹੁਤ ਦਿਨਾਂ ਬਾਅਦ ਕਿੱਦਾਂ ਘਰ ਪਰਿਵਾਰ ਠੀਕ ਆ ਹੋਰ ਆਂਟੀ ਅੰਕਲ ਉਹ ਗਲਤ ਹੋ ਗਿਆ ਆਂਟੀ ਅੰਕਲ ਠੀਕ ਆ ਘਰੇ ਪਰਿਵਾਰ ਠੀਕ ਆ ਇਹ ਆਪਣਾ ਮਤਲਬ ਭਰਾ ਛੋਟਾ ਅਤੇ ਪੂਰੀ ਜ਼ਿੰਮੇਦਾਰੀ ਨਾਲ ਆਪਾਂ ਇਹਨੂੰ ਇੱਥੇ ਨਿਜ਼ਾਮ ਸੈੱਟ ਕੀਤਾ ਹੋਇਆ ਨੇ ਅਤੇ ਆਪਣੀ ਸੇਵਾ ਵੀ ਫੁੱਲ ਕਰਦਾ ਇਹ ਕਿਉਂਕਿ ਅੱਜ ਦਾ ਡਰਾਈਵਰ ਇਹੀ ਹੋਊਗਾ ਗੱਡੀ ਦਾ ਔਰ ਇਹੀ ਲੈ ਕੇ ਜਾਊਗਾ ਇਹਨੂੰ ਸਾਰੇ ਰਾਹ ਪਤਾ ਵਾ ਜਿਵੇਂ ਗੂਗਲ ਮੈਪ ਆ ਇਹਨੂੰ ਸਾਰੇ ਰਾਹ ਪਤਾ ਹੁੰਦੇ ਆ ਅਤੇ ਜਲਦ ਹੀ ਮਿਲਾਂਗੇ ਤੁਹਾਨੂੰ ਵਾਪਸ ਹਾਂ ਫਿਰ ਸੁਣਾ ਗੱਲ ਵਾ ਸੁਣਾ ਯਾਰ ਅਸਲੀ ਮੈਂ ਇੱਦਾਂ ਨਹੀਂ ਯਾਰ ਗੱਲਾਂ ਤੋਂ ਹਾਂ ਦੱਸ ਬਾਕੀ ਇੱਥੇ ਆ ਕੇ ਸੁਣਾ ਇੱਧਰ ਆ ਕੇ ਬਾਕੀ ਤੂੰ ਸੁਣਾ ਯਾਰ ਗੱਲਬਾਤ ਕੋਈ ਹਾਂ ਸੁਣਾ ਤਾਂ ਦੇ ਹੁਣ ਚਾਚੂ ਨੂੰ ਕਹਿੰਦੇ ਚਾਚੂ ਨੂੰ ਕਹਿੰਦੇ ਸੁਣਾ ਦੇ ਯਾਰ ਆਪ ਤੂੰ ਸੁਣਾ ਦੇ ਫਿਰ ਕੋਈ ਕਰ ਦੇ ਯਾਰ ਪਲੀਜ਼ ਸਾਡਾ ਚੈਨਲ ਹਾਂ ਹਾਂ ਸੁਣਾ ਕੋਈ ਗੱਲਬਾਤ ਘੰਟਾ ਰਹਿ ਗਿਆ ਤਿੰਨ ਸਾਢੇ ਤਿੰਨ ਦਾ ਟਾਈਮ ਆ ਉਸ ਤੋਂ ਬਾਅਦ ਘੰਟੇ ਕੁ ਬਾਅਦ ਜਾਣਾ ਸਾਢੇ ਚਾਰ ਪੰਜ ਵਜੇ ਫਿਰ ਤੁਹਾਨੂੰ ਮਿਲਦੇ ਹਾਂ ਤੇ ਇਕੱਲੀ ਵੱਲੀ ਕਰ ਫਿਰ ਮਤਲਬ ਲੈ ਜਾਣਾ ਆਪਾਂ ਨੇ ਕੀ ਆ ਰੁੜੀ ਜਾਣ ਦੇ ਇਹਨਾਂ ਨੂੰ ਰੜੀ ਜਾਣ ਦੇ ਚੱਲ ਠੀਕ ਆ ਫਿਰ ਮਿਲਦੇ ਹਾਂ ਬਾਬਾ ਵੂਮ ਗੱਲ ਹੈਗੀ ਏਦਾਂ ਆਪਾਂ ਹੋ ਗਿਆ ਰੈਡੀ ਜੈਕਟ ਆਪਾਂ ਲੈ ਲਈ ਆ ਜੈਕਟ ਹੈਗੀ ਆ ਤੇ ਉੱਥੇ ਠੰਡ ਹੋਣੀ ਮੈਨੂੰ ਪਤਾ ਹਵਾ ਚੱਲਦੀ ਹੋਣੀ ਫੁੱਲ ਮਟਾ ਫੁੱਲ ਹੈ ਆ ਜਾਓ ਵੀ ਲੌਂਗ ਲਾਣਾ ਅਤੇ ਚਲੋ ਬੜੋ ਲਿਫਟ ਵਿੱਚ ਆਪਾਂ ਚੱਲੀਏ ਗੱਲ ਹੈਗੀ ਏਦਾਂ ਐਨਰਜੀ ਡਰਿੰਕ ਆਪਾਂ ਬਣਾ ਲਿਆ ਮਤਲਬ ਡੀਹਾਈਡਰੇਟ ਹੋਣ ਲਈ ਨਾਲੇ ਜ਼ਾਕਿਨ ਦੇ ਹਿਸਾਬ ਨਾਲ ਪਾਰਟੀ ਕਰਨ ਜਾ ਰਹੇ ਹਾਂ ਅਤੇ ਇਹਨਾਂ ਨੂੰ ਘੁੰਮੀ ਘੁੰਮੀ ਕਰਨ ਜਾ ਰਹੇ ਹਾਂ ਦੇਖਦੇ ਹਾਂ ਕਿਹੋ ਜਿਹਾ ਮਾਹੌਲ ਬਣਦਾ ਐਕਚੁਅਲੀ ਮੇਰਾ ਦਿਲ ਕਰਦਾ ਸੀ ਤਾਂ ਹੀ ਚੱਲਿਆ ਅਦਰਵਾਈਜ਼ ਨਹੀਂ ਨੋ ਵੇ ਦੇਰ ਇਜ਼ ਨੋ ਚਾਂਸ ਦਾਨੇ ਸਾਨੂੰ ਇੱਕ ਪਾਰਟੀ ਦਿੱਤੀ ਹਾਂ ਪਾਰਟੀ ਵੀ ਕਰਨੀ ਆ ਹਾਂ ਤੂੰ ਬੋਲ ਲੈ ਬੋਲ ਬੋਲ ਬੋਲਦਾ ਰਹਤਾ ਬੋਲ ਹੁਣ ਤੇ ਹਰ ਸਲੀਮ ਨੇ ਪੁੱਛਿਆ ਵੀ ਕਿਹੜੀ ਗੱਡੀ ਲੈ ਕੇ ਜਾਣੀ ਆ ਤੇ ਅਲਟੀਮਾ ਲੈ ਕੇ ਜਾਣੀ ਆ ਗੱਡੀ ਥੋੜੀ ਤੁਹਾਡੇ ਕੋਲ ਐਨ ਭਾਰੀ ਹੋਵੇ ਨਾ ਤੇ ਇੱਜ਼ਤ ਰੋਡ ਤੇ ਮਿਲ ਜਾਂਦੀ ਆ ਪਾਰਕਿੰਗ ਚ ਮਿਲ ਜਾਂਦੀ ਆ ਫਲੈਸ਼ਾਂ ਨੀ ਵੱਜਦੀਆਂ ਪਿੱਛੋਂ ਤਾਂ ਕਰਕੇ ਆਪਾਂ ਲੈ ਕੇ ਚੱਲੇ ਉਹ ਵਾਲੀ ਗੱਡੀ ਠੀਕ ਆ ਜੀ ਹੁਣ ਆਪਾਂ ਕਰਦੇ ਹਾਂ ਪੂਰਾ ਆਪਦਾ ਟੂਰ ਪਾਰਟੀ ਸ਼ਾਰਟੀ ਲੈਟਸ ਗੋ ਬਾਬਾ ਸਮੈਲ ਦੇ ਨੈਕਸਟ ਸਟੇਸ਼ਨ ਤੇ ਹਾਂਜੀ ਨਾਲੇ ਬਾਬਾ ਮੇਰੇ ਕੋ ਸ਼ਾਰਟ ਨਹੀਂ ਨਾ ਸੇ ਕਿਹਾ ਲੋ ਆਪਾਂ ਬਲ ਕਰ ਲਈਏ ਧੋਊਗਾ ਪਤਾ ਨਹੀਂ ਕਿੰਨੇ ਕੁ ਦਿਨ ਤੱਕ ਲੇਕਿਨ ਜਿੰਨੀ ਵਾਰ ਵੀ ਧੋਈ ਆ ਗੱਡੀ ਵਧੀਆ
ਲੈਗੇਸੀ ਚਲੋ ਬਈ ਹੋ ਜਾਓ ਸੈੱਟ ਸਾਰੇ ਜਾਣੇ ਲੈਗੇਸੀ ਚਲੋ ਬਈ ਚਲੋ Habibi, come to Dubai. Habibi. Chalo. Habibi, look at my mistake. Chal, bar jaan dar. Oh. Chalo ji, gaddi ho gayi start. Hain? Samaan aap rakh li andar. Sriya phadi. Te dol na di bas. Te jacket rakh li itthe. ਹਲੇ ਇੱਕ ਮੈਂਬਰ ਪਿਆ ਸਾਡਾ ਆਉਣ ਵਾਲਾ ਉਹਨੂੰ ਆ ਲੈਣ ਦਿਓ ਫਿਰ ਚੱਲਦੇ ਆ ਇੰਨੀ ਗੱਲ ਹੈ ਨਹੀਂ ਸੀ ਜਿੰਨੀ ਬਣਾਈ ਹੋਈ ਆ ਹੈ ਤੇ ਅੰਦਰ ਭਾਈ ਲੱਗਦੀ ਠੰਡ ਅੰਦਰ ਐ ਲੱਗਦਾ ਜਿਵੇਂ ਬਾਹਰ ਟੈਂਪਰੇਚਰ ਗਿਆ ਮਾਈਨਸ ਵਿੱਚ ਤੇ ਕੀ ਹੋ ਰਹੇ ਨੇ ਤੇ ਬਾਹਰ ਇੰਨਾ ਮਾਹੌਲ ਇੰਨਾ ਤਕੜਾ ਨਹੀਂ ਗਰਮੀ ਹੋਈ ਆ ਬਾਹਰ ਵਾਲੇ ਮਾਹੌਲ 'ਚ ਤਾਂ ਠੀਕ ਆ ਜੀ ਚਲੋ ਆਪਾਂ ਮਿਲਦੇ ਹਾਂ ਨੈਕਸਟ ਸਟੇਸ਼ਨ ਤੇ ਚੱਲੀਏ ਫਿਰ ਸਲੀਮੇ ਇਹ ਤਾਂ ਪਵਾ ਲਈਏ ਪੈਟਰੋਲ ਯੈਸ ਗੁੱਡ ਬੋਇਸ ਉਹ ਜਿੰਨੀ ਆਉਂਦੀ ਆ ਬੋਲ ਦਿੰਦਾ ਵਾ ਉਹਦੀ ਕੋਈ ਕਸੂਰ ਨਹੀਂ ਚਲ ਠੀਕ ਆ ਫਿਰ ਬਸ ਅੱਜ ਸਲੀਮ ਫਰੈਸ਼ ਆ ਪੂਰਾ ਅੱਜ ਪੂਰੀਆਂ ਗੱਲਾਂ ਕਰੂਗਾ ਇਹ ਪੂਰੇ ਮੂਡ ਚ ਅੱਜ ਦੇਖਿਓ ਕਿਉਂ ਸਲੀਮੇ ਸੁਣਾ ਦੇ ਵੀ ਗੱਲਬਾਤ ਚੱਲ ਮੈਨੂੰ ਸੁਣਾ ਤੂੰ ਯਾਰ ਆਦਾ ਮਤਲਬ ਪਿਛੋਕੜ ਸੁਣਾ ਬੈਕਗ੍ਰਾਉਂਡ ਸੁਣਾ ਪਿੱਛਾ ਸਾਡਾ ਬਹੁਤ ਤਕੜਾ ਪਿੱਛਾ ਬਹੁਤ ਤਕੜਾ ਇਹ ਹੈ ਕੋਈ ਕਸਰ ਨਹੀਂ ਛੱਡੀ ਇਹਨੇ ਮਤਲਬ ਸਾਡੇ ਖਾਨਦਾਨ ਨੂੰ ਲਵਾਉਣ ਦੇ ਲੈ ਯਾਰ ਏਸੀ ਲਾ ਥੋੜ੍ਹਾ ਜਿਹਾ ਇਹਨੇ ਕੋਈ ਕਸਰ ਨਹੀਂ ਛੱਡੀ ਮਤਲਬ ਅਤੇ ਫਿਰ ਵੀ ਅਣਖ ਰੱਖੀ ਇਹਨੇ ਥੋੜ੍ਹੀ ਅਤੇ ਕੰਮ ਕੋਈ ਨਹੀਂ ਛੱਡਿਆ ਇਹਨੇ ਹਾਲਾਂਕਿ ਟੈਕਸੀ ਨੇ ਆਦੀ ਸਵਾਰੀ ਦੇਖਦੇ ਗੱਡੀ ਮੂਹਰੇ ਕਰਦੀ ਯਾਰ ਦੇਖ ਲਾ ਨਾਲੇ ਰੋਡ ਫਾਈਨ ਖਾਣਾ ਸੀ ਨਾਲੇ ਆਰਟੀ ਤੋਂ ਖਾਣਾ ਸੀ ਨਾਲੇ ਕੰਪਨੀ ਤੋਂ ਖਾਣਾ ਸੀ ਨਾਲੇ ਜਿਹੜਾ ਤਿੰਨ ਫਾਈਨ ਖਾਣਾ ਸੀ ਜਿਹੜਾ 10 ਦਿਨ ਪਹਿਲਾਂ ਪੈਣਾ ਸੀ ਲੱਖ ਮੈਨੂੰ ਪਤਾ ਨਾ ਇਹਨਾਂ ਦਾ ਇਹ ਕਰਦਾ ਰਿਹਾ ਇਹ ਕੰਮ ਛੱਡਿਆ ਇਹਨੇ ਕੋਈ ਤੇ ਉਹਨੇ ਬਾਈ ਉਹ ਨਰਸੀ ਹੋ ਗਈ ਉਹ ਨਹੀਂ ਨਹੀਂ ਹਾਂ ਹੋ ਜਾਂਦੀ ਹੁੰਦੀ ਆ ਸਵਾਰੀ ਦੇਖਦੇ ਉਹ ਇਧਰ ਨੂੰ ਵੜਦਾ ਯਾਰ ਹੌਲੀ ਸੀਗਾ ਤੇਜ਼ ਨਹੀਂ ਕੱਟੀ ਤੇ ਪੱਕਾ ਹੀ ਲੱਗੀ ਸੀ ਔਰ ਆਪਾਂ ਤੂੰ ਵੀ ਹੌਲੀ ਸੀਗਾ ਹਾਂ ਹੈ ਕਿ ਨਹੀਂ ਇਹ ਤਾਂ ਕੰਮ ਹੋ ਗਿਆ ਸੀ ਚਲੋ ਕੋਈ ਗੱਲ ਨਹੀਂ ਰੱਬ ਰਾਖਾ ਹੋ ਜਾਂਦੀ ਗਲਤੀ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਇੱਥੇ ਆਏ ਆ ਵੀ ਉਹ ਸਮਝ ਲਾ ਹੁਣ ਉਹ ਤੋਂ ਗੱਡੀ ਵੱਜਣੀ ਸੀ ਹੈ ਨਾ ਉਹਨੂੰ ਪਤਾ ਲੱਗ ਗਿਆ ਕਸੂਰ ਮੇਰਾ ਕਿਉਂਕਿ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਹ ਗਲਤੀ ਤੁਹਾਡੀ ਆ ਹੱਥ ਖੜਾ ਕਰ ਦਿੰਦੇ ਆ ਉਹ ਉੱਥੋਂ ਜਦ ਹੀ ਬੰਦਾ ਡਾਊਨ ਹੋ ਜਾਂਦਾ ਯਾਰ ਨਹੀਂ ਯਾਰ ਉਹ ਇਹੀ ਐਕਸੈਪਟਡ ਉਹਨੇ ਆਪਦੀ ਮਿਸਟੇਕ ਐਕਸੈਪਟ ਕਰ ਲਈ ਚਲੋ ਨਿਕਲ ਜਾਓ ਅਗਰ ਨਹੀਂ ਵੀ ਐਕਸੈਪਟ ਕਰਦਾ ਤਾਂ ਆਪਾਂ ਕੁਛ ਨਹੀਂ ਕਿਸੇ ਦਾ ਪੜ ਸਕਦੇ ਸਿਰਫ ਪੁਲਿਸ ਹੀ ਕਰ ਸਕਦੀ ਹੈ ਸਾਰਾ ਕੁਝ ਹਾਂਜੀ ਬੇਟਾ ਹਾਂ ਬੱਚੇ ਨਹੀਂ ਦੇਖ ਰਿਹਾ ਸੀ 50 ਤਰ੍ਹਾਂ ਹੁੰਦਾ ਬੋਏ ਕਦੇ ਕਦੇ ਤੁਹਾਨੂੰ ਵੀ ਕਿੱਧਰ ਗਿਆ ਉਹ ਹਾਂ ਉਹ ਸਕੈਨ ਕਰਨਾ ਉਹਨੂੰ ਉੱਥੋਂ ਕਦੇ ਕਦੇ ਤੁਹਾਨੂੰ ਵੀ ਆਦੇ ਆਪਾਂ ਹੈਗੇ ਦੇਸੀ ਬੰਦੇ ਆਪਾਂ ਨੂੰ ਮਾਹੌਲ ਆਉਂਦਾ ਪਸੰਦ ਘਰ ਦਾ ਹੀ ਜ਼ਿਆਦਾ ਅਤੇ ਬਾਹਰ ਨਿਕਲ ਕੇ ਆਪਾਂ ਘੱਟ ਹੀ ਪਸੰਦ ਹੈ ਨਾ ਉਹ ਵੀ ਜਵਾਕਾਂ ਦੀ ਜ਼ਿਆਦਾ ਨਿਕਲਦੇ ਜਦੋਂ ਨਿਕਲਦੇ ਹਾਂ ਲੇਕਿਨ ਅੱਜ ਨਿਕਲਿਆ ਪਹਿਲੀ ਵਾਰ ਮੈਂ ਆਪਦਾ ਇਨੀਸ਼ੀਏਟਿਵ ਲੈ ਕੇ ਇਹ ਆਇਆ ਜੋਬ ਤੋਂ ਅਤੇ ਇਹਨੂੰ ਨਾਲ ਹੀ ਮੈਂ ਬਾਹਰ ਕੱਢ ਲਿਆ ਲੇਕਿਨ ਇਹ ਚੀਜ਼ਾਂ ਇਹੋ ਜਿਹੀਆਂ ਨੇ ਬੰਦੇ ਨੂੰ ਥੋੜ੍ਹਾ ਜਿਹਾ ਆਪਦੇ ਲਈ ਟਾਈਮ ਕੱਢ ਲੈਣਾ ਚਾਹੀਦਾ ਵਾ ਹੈ ਨਾ ਇੰਨਾ ਸੋਹਣਾ ਮਾਹੌਲ ਆ ਵੈਦਰ ਬਹੁਤ ਅੱਛਾ ਵਾ ਅਤੇ ਪੂਰਾ ਮਾਹੌਲ ਦੇਖੋ ਪਿੱਛੇ ਇਹ ਹੈਗਾ ਬੀਚ ਏਰੀਆ ਹੈ ਨਾ ਅਤੇ ਹੁਣ ਅਸੀਂ ਚੱਕਾਂਗੇ ਇੱਥੇ ਸਾਈਕਲ ਇਹ ਤਾਂ ਨਹੀਂ ਚੱਕਣਾ ਸਾਡੇ ਗੋਡੇ ਖੜ ਜਾਣਗੇ ਉਹ ਈ ਵੀ ਇੱਕ ਪਈ ਆ ਬਾਈ ਉਹਦੇ ਸਕੂਟਰ ਹਾਂ ਅਤੇ ਇਹਨੂੰ ਅਸੀਂ ਕਰਾਂਗੇ ਹਾਇਰ ਕਰਕੇ ਫਿਰ ਇਹ 'ਤੇ ਕੱਢਾਂਗੇ ਗੇੜੀਆਂ ਛੇੜੀਆਂ ਕਿਉਂ ਸਲੀਮੇ ਸਿਸਟਮ ਆਪਾਂ ਡਾਊਨਲੋਡ ਕਰਕੇ ਉਹਨੂੰ ਐਕਟੀਵੇਟ ਕਰ ਲਿਆ ਪੈਸੇ ਕਟਵਾ ਦੇ ਆ ਬੰਦਾ ਆ ਰਿਹਾ ਉੱਧਰੋਂ ਠੀਕ ਆ ਹੁਣ ਕਰਦੇ ਆਪਾਂ ਬੀਚ 'ਤੇ ਇੰਜੋਏ ਹੈ ਨਾ ਆਹ ਦੇਖੋ ਫਿਰ
आ खड़ी रानी अपनी ये मैं ताइयों आया मतलब आप पहला देख लिए सिस्टम हिसाब किताब की है तो डाउनलोड करके सारा कुछ ओके करके उस तो चलती नहीं पई सी गल ये है ना तो इन्हें पुछे करके कहता भाई चल भी पंद्रह क मिनट सानू पढ़े दी तक समझ आउंदा नहीं है जिन्ने देर प्रैक्टिकली करिए देसी बंदे हां ते की कीते ते समझ आई उंगल उंगल कीती ते समझ आई एरे दिखाउणा सी सच चलदा एरे विच नहीं दिखाउणा सी हां ऐप चली आ रहा जान के पैसे पई जा रहा टक 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 हां एक मिनट दा किन्ना वा लेकिन जो बीच ते आ जाने जो इंजॉय करना लाइफ नू फिर इंजॉय करो भाई है कि नहीं चल भी छोटे कढ़िया गेड़ा फिर जिन्नी एक्सपेक्टेशन निकला सी उन्ना तू तेज होया नहीं मारना तू हो हाले असि कच्चे चल पे चल पा पूरी फुल रेस मार और रेस मारी फिर फुल करके बड़े सारे बंदे तो चल दी नहीं आप पिछे लग गए सी भैन चो तू इधर ही देख ला हौली आओ पिछे जा इधर आ मजा आ गया मैं गड्डी हैगी उत्थे एक ही ये जे दो हुंदियां तां असीं राइड लैके आउंदे ओ दूर तक हैगे आ 25-30 किलोमीटर पता नहीं किन्ने किलोमीटर जा पता नहीं 20 किलोमीटर आ ओ आ बेटा 20 किलोमीटर जा सकदी आ होर सारे उत्थे साइकिल खड़े आ इलेक्ट्रॉनिक ओदा फायदा नहीं इहदा मजा वा यार चलाउण दा हां जाकी किथे चलिया हां जाकी ओके पैर थल्ले ना रखी किथे चलिया हुण नहीं इथों तू रहण दे तू इथे ही रख चलो लो भी बह गए आपां अपना ते बेंच ते आ गए माहौल आपां चादर वाला जां कुर्सी वाला करना सी लेकिन आपां चक के लियांदा नहीं समान लेकिन यह भी माहौल वधिया वा इत्थे जवाक खांदे पींदे ने आराम नाल बैठे आ ते छोटा आ रहा हूँ उधरले पासे वो आ रहा थोनू मैं दिखा दिना है ना लेकिन मजा बहुत है ईवी का हम आप बाय हो चक्की आप बाय करा हम ईवी परसनल याद वो समझ गए वो आ गया कौन हाँ किधर है राइड राइड बढ़िया सी एक्सपीरियंस घेंट सी यार तेन लाइक कमेंट बहुत आ रहे ने किड़ी वीडियो पाई है ਆਪਾਂ ਪਾਈ ਆ ਐਂਜਲ ਭਾਬੀ ਦੀ ਤੁਹਾਨੂੰ ਦੀ ਸਪੋਰਟ ਚ ਵੀਡੀਓ ਪਾਈ ਆ ਬਾਈ ਤੁਹਾਨੂੰ ਰਿਹਾ ਕਰਾਉਣਾ ਆਪਾਂ ਅੱਜ ਬੀਚ ਦੇ ਕਿਨਾਰੇ ਆ ਖੁੱਲੇ ਆਸਮਾਨ ਦੇ ਥੱਲੇ ਬਹਿ ਕੇ ਇਹ ਇਨੀਸ਼ੀਏਟਿਵ ਲਿਆ ਆਪਾਂ ਤੁਹਾਨੂੰ ਨੂੰ ਆਜ਼ਾਦ ਕਰਾਉਣਾ ਹੀ ਕਰਾਉਣਾ ਪੱਕਾ ਸਮਝ ਗਿਆ ਵੀਡੀਓ ਪਾਤੀ ਆ ਮੈਂ ਪ੍ਰੋਟੈਸਟ ਕਰਨਾ ਪ੍ਰੋਟੈਸਟ ਦੁਆ ਚ ਹਾਂ ਰੀਲ ਪਾਤੀ ਆ ਤੇ ਜਾ ਕੇ ਤੁਸੀਂ ਦੇਖ ਲਿਓ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਨਾ ਆਪਾਂ ਟੁੰਨੂ ਬਾਈ ਦੀ ਸਪੋਰਟ ਚ ਹਾਂ ਆਪਾਂ ਟੁੰਨੂ ਨੂੰ ਕੱਲਾ ਨਹੀਂ ਛੱਡ ਸਕਦੇ ਠੀਕ ਹੈ ਨਾ ਟੁੰਨੂ ਤਾਂ ਕੱਲਾ ਹੋ ਗਿਆ
ਬੇਚਾਰਾ ਯਾਰ ਔਖਾ ਤੂੰ ਚੱਲ ਕੋਈ ਗੱਲ ਨਹੀਂ ਤੂੰ ਇਹਦੀ ਰਾਈਡ ਦੱਸ ਆ ਈਵਨਿੰਗ ਤੁਸੀਂ ਦੇਖੋ ਨਾ ਵੀਡੀਓ ਦੇ ਵਿੱਚ ਰਾਈਡ ਮੈਨੂੰ ਬੜੀ ਵਧੀਆ ਲੱਗੀ ਕਿਉਂਕਿ ਅਸੀਂ ਪਲਾਨ ਕਰ ਰਹੇ ਉਹਨੂੰ ਬਾਏ ਕਰਨ ਲਈ ਈ ਵੀ ਅਤੇ ਸਾਡੀ ਆਦਤ ਆ ਵੀ ਪਹਿਲਾਂ ਚੀਜ਼ ਨੂੰ ਜੋ ਲਈਏ ਤਾਂ ਮੈਂ ਸਪੈਸ਼ਲ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਇਆ ਵੀ ਮੈਂ ਚਲੇ ਘੁੰਮ ਫਿਰ ਲੈਣਗੇ ਅਸੀਂ ਟਰਾਈ ਕਰ ਲਵਾਂਗੇ ਲੇਕਿਨ ਵੀ ਮੈਨੂੰ ਤਾਂ ਆਇਆ ਮਜ਼ਾ ਅਸਲੀ ਨੂੰ ਮਜ਼ਾ ਨਾ ਆਉਂਦਾ ਲੈਕਟਰ ਨੂੰ ਤੈਨੂੰ ਪ੍ਰੋਬਲਮ ਕਿੱਥੇ ਲੱਗੀ ਜਦੋਂ ਘੁੰਮਣ 'ਚ ਜ਼ੋਰ ਨਾ ਲੱਗੇ ਜਦੋਂ ਬੰਦੇ ਦਾ ਜ਼ੋਰ ਨਾ ਲੱਗੇ ਉਹ ਚੀਜ਼ 'ਚ ਮਜ਼ਾ ਆਉਣਾ ਹੀ ਆ ਚਲਾਉਣ 'ਚ ਖੜ ਕੇ ਤੁਰਿਆ ਜਾ ਪ੍ਰੋਬਲਮ ਮੈਨੂੰ ਕਿੱਥੇ ਲੱਗੀ ਪਤਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਪਹਿਲੀ ਵਾਰ ਯੂਜ਼ ਕੀਤੀ ਔਰ ਮੇ ਬੀ ਲਾਸਟ ਟਾਈਮ ਹੋਣੀ ਆ ਕਿਉਂਕਿ ਨੈਕਸਟ ਟਾਈਮ ਅਸੀਂ ਆਪ ਵੀ ਲੈ ਲੈਣੀ ਲੇਕਿਨ ਜਿਹੜੇ ਫੈਸਿਲਿਟੀ ਰੱਖੀ ਆ ਸਟੈਂਡ ਬਣਾਇਆ ਵਾ ਇਹ ਅਸੀਂ ਯੂਜ਼ ਕੀਤੀ ਉਹ 35 ਮਿੰਟ ਕਿਲੋਮੀਟਰ ਹੋਇਆ 2.5 ਕਿਲੋਮੀਟਰ ਕਿਲੋਮੀਟਰ ਹੋਇਆ 2.5 ਮਤਲਬ 2.5 ਰੁਪਈਏ ਬਣ ਗਏ 42 ਦਰਾਮ ਹੈਂ 42 ਦਰਾਮ ਬਣ ਗਿਆ ਜਿਹੜੇ ਕਿ ਮਤਲਬ ਤੁਸੀਂ ਉਹਨੂੰ ਇੱਕ ਡਸਟਬੀਨ ਸੁੱਟ ਰਹੇ ਹੋ ਜਾਂ ਕਚਰੇ ਸੁੱਟ ਰਹੇ ਹੋ ਇਹ ਮੰਨ ਲਿਓ ਸਹੀ ਹੈ ਨਾ 42 ਦਰਾਮ ਇੱਕ ਮੇਰਾ ਤਾਂ 1 ਮਿੰਟ ਦਾ 1 ਦਰਾਮ ਸੀ ਹਾਂ 1 ਪੁਆਇੰਟ ਕੁਛ ਸੀ 1.40 ਜਾਂ 42 ਕੁਛ ਇੱਦਾਂ 1 ਮਿੰਟ ਦਾ ਅਤੇ ਤੁਹਾਨੂੰ ਇਹ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਇਹਨੂੰ ਚੰਗਾ ਅਗਰ ਤੁਸੀਂ ਇਹਦੇ ਇੰਟਰਸਟਡ ਹੈਗੇ ਹੋ ਤਾਂ ਤੁਸੀਂ ਆਦਿ ਬਾਏ ਕਰ ਲਓ ਤਾਂ ਜੋ ਲੌਂਗ ਰਨ ਵੀ ਚੱਲ ਸਕੇ ਤੁਹਾਡੇ ਕੋਲ ਹੀ ਪਈ ਰਹੂ ਉਹ ਮਸ਼ੀਨ ਅਸੈਟ ਉਹਨੂੰ ਸੈਕਿੰਡ ਹੈਂਡ ਫਿਰ ਤੁਸੀਂ ਸੇਲ ਵੀ ਕਰ ਸਕਦੇ ਅੱਜ ਕੱਲ੍ਹ ਬਹੁਤ ਚੱਲ ਰਹੀਆਂ ਨੇ ਇਹ ਅਤੇ ਇੱਥੇ ਆ ਕੇ ਬਾਈ 42 ਦਰਾਮ ਲਾਉਣੇ ਮੈਨੂੰ ਲੱਗਦਾ ਗਵਾਰਾ 42 ਦਰਾਮ ਦਾ ਵਧੀਆ ਰੋਸਟਡ ਚਿਕਨ ਖਾਓ ਜਾਂ ਮਟਨ ਵਧੀਆ ਹਾਂਡੀ ਮੰਗਾਓ ਜ਼ਿਆਦਾ ਤੰਦੂਰੀ ਰੋਟੀ ਨਾਲ ਐਨ ਸੈੱਟ ਹੋ ਕੇ ਰਾਤ ਨੂੰ ਪਾਓ ਹੈ ਨਾ ਸਲੀਮ ਨਹੀਂ ਤਾਂ ਇੱਕ ਰਾਈਡ ਹੀ ਆ ਜਸਟ ਆਪਾਂ ਨੇ ਇੱਕ ਫਨ ਕਰਨ ਲਈ ਲੈ ਲਈ ਨਾਲੇ ਐਕਸਪੀਰੀਅੰਸ ਕਰ ਲਿਆ ਆਪਾਂ ਤਾਂ ਐਕਸਪੀਰੀਅੰਸ ਲਿਆ ਅਤੇ ਇਹਦਾ ਫਾਇਦਾ ਨਹੀਂ ਇੰਨੇ ਪੈਸੇ ਲਾਉਣ ਦਾ ਇੱਥੇ ਮੈਂ ਦੇਖ ਰਿਹਾ ਬਹੁਤ ਜਾਣੇ 50 ਆਪਾਂ ਤੋਂ ਵੱਧ ਟਾਈਮ ਹੀ ਰੱਖਿਆ ਲੋਕਾਂ ਨੇ ਅਤੇ ਤਾਂ 100 ਦੇ ਗੇੜ ਹੀ ਉੱਤਰਦੇ ਹੋਣਗੇ ਬਾਈ ਤਾਂ ਵੇਸਟ ਆਫ ਮਨੀ ਲੱਗਦੀ ਮੈਨੂੰ ਤਾਂ ਇਹ ਮੈਨੂੰ ਇਹੀ ਲੱਗਦਾ ਵੇਸਟ ਆਫ ਮਨੀ ਅਤੇ ਕਿਉਂ ਜਿੱਥੇ ਰਾਈਡ ਕਰਨੀ ਆ ਘਰੋਂ ਸਾਈਕਲ ਲਿਆਓ ਆਪਦਾ ਹਰ ਇੱਕ ਬੱਚੇ ਦਾ ਘਰੇ ਹੁੰਦਾ ਹੀ ਆ ਅਸੀਂ ਅਜੇ ਟੌਪ ਕਰ ਰਹੇ ਹਾਂ ਮਤਲਬ ਲੈਵਲ ਆਫ ਮਿਡਲ ਕਲਾਸ ਸਾਡੇ ਕੋਲ ਕੋਈ ਰੁਪਈਆ ਵੀ ਜਾਊਗਾ ਨਾ ਤਾਂ ਅਸੀਂ ਉਹਨੂੰ 10 ਵਾਰੀ ਸੋਚਾਂਗੇ ਲੇਕਿਨ ਜੇ ਉਹ ਏਰੀਏ ਦੇ ਵਿੱਚ ਹੈਗੀ ਆ ਇੱਥੇ ਹੈਗੇ ਆ ਭਾਈ 63 ਲੋਕ ਸ਼ਾਇਦ ਉਹਨਾਂ ਨੂੰ ਫਰਕ ਨਾ ਪੈਂਦਾ ਹੋਵੇ ਇਸ ਲਈ ਸ਼ਾਇਦ ਉਹਨਾਂ ਨੂੰ ਫਰਕ ਨਾ ਪੈਂਦਾ ਹੋਵੇ ਹੈ ਨਾ ਹਾਂਜੀ ਬੇਟਾ ਉਹ ਜ਼ਾਕੀ ਨੂੰ ਪੱਥਰ ਲੱਭਿਆ ਕਿਉਂ ਜ਼ਾਕੀ ਵੈਰੀ ਗੁੱਡ ਜ਼ਾਕੀ ਅਤੇ ਇਸ ਕਰਕੇ ਥੋੜ੍ਹਾ ਆਪਾਂ ਨੂੰ 63 ਲੋਕ ਇੱਥੇ ਆਪਣੇ ਏਰੀਏ ਦੇ ਵਿੱਚ ਹੈਗੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਪਊ ਪੈਂਦਾ ਵਾ ਹਰ ਇੱਕ ਜਦੋਂ ਸਾਡੇ ਵਰਗੇ ਲੋਕਾਂ ਨੂੰ ਅਤੇ ਆਪਾਂ ਪਹਿਲੀ ਵਾਰ ਟਰਾਈ ਕੀਤੀ ਆ ਹੋਪਫੁਲੀ ਅਗਰ ਸਾਡੀ ਜੇਬ 'ਚ ਪੈਸੇ ਹੋਣਗੇ ਤਾਂ ਅਸੀਂ ਦੂਜੀ ਵਾਰੀ ਵੀ ਟਰਾਈ ਕਰ ਲਾਂਗੇ ਨਹੀਂ ਹੋਣਗੇ ਤਾਂ ਨਹੀਂ ਕਰਾਂਗੇ ਸਿੰਪਲ ਗੱਲ ਹੈ ਨਾ ਬਈ ਇੱਥੇ ਦੁਨੀਆ ਚੱਲਦੀ ਪੈਸੇ ਨਾਲ ਮੈਨੂੰ ਤਾਂ ਨਹੀਂ ਕੋਈ ਲੱਗਿਆ ਵੀ ਦੁਬਾਰਾ 50 ਦਰਾਮ ਆਪਾਂ ਲਾਈਏ ਇੱਕ ਇਹਦੇ ਹੀ ਰਾਈਡ ਲਈ ਮੈਂ ਤਾਂ ਨਹੀਂ ਲਾਉਂਗਾ ਉਸ ਤੋਂ ਵਧੀਆ ਇੱਕ ਇਕੱਠੇ ਪੈਸੇ ਲਾ ਕੇ ਆਪਦੀ ਬਾਏ ਕਰੋ ਗੇੜੀਆਂ ਕੱਢੂਗਾ ਚਾਹ ਪੂਰਾ ਸਹੀ ਹੈ ਨਾ ਰੈਂਟ ਤੇ ਉਹ ਸਸਤਾ ਹੋਊਗਾ ਥੋੜ੍ਹਾ ਜਿਹਾ ਕਿਉਂਕਿ ਉਹ ਮੈਨੂੰ ਚੱਲਣਾ ਚਲੋ ਜੀ ਓਕੇ ਫਿਰ ਮਾਹੌਲ ਦੇਖੋ ਬਾਹਰ ਲਾ ਕੇ ਤੁਸੀਂ ਠੀਕ ਹੈ ਨਾ ਬਾਬਾ ਲੋ ਵੀ ਮਿੱਤਰੋ ਕਿੰਨੇ ਵਜੇ ਸੀ ਆਪਾਂ 5 ਵਜੇ ਆ ਗਏ ਸੀ ਨਹੀਂ ਯਾਰ ਪਹਿਲਾਂ ਗਏ ਹਾਂ 5 ਵਜੇ 4:30-5 ਵਜੇ ਦਾ ਟਾਈਮ ਸੀਗਾ ਅਤੇ ਹੁਣ ਵੱਜ ਰਿਹਾ 7 ਮਤਲਬ 2-2.5 ਘੰਟੇ ਵਧੀਆ ਫੈਮਲੀ ਨਾਲ ਇੰਜੋਏ ਔਰ ਟਾਈਮ ਔਰ ਇੱਕ ਸ਼ੋਰ ਸ਼ਰਾਬੇ ਤੋਂ ਦੂਰ ਸਾਇਲੈਂਟ ਵਧੀਆ ਸੀ ਇੰਜੋਇਮੈਂਟ ਹੋ ਗਿਆ ਜਵਾਕ ਵੀ ਖੁਸ਼ ਹੋ ਗਏ ਬਸ ਅਸੀਂ ਖੁਸ਼ ਹੋ ਗਏ ਘਰੇ ਚੱਲ ਕੇ ਅਤੇ ਮੈਂ ਤਾਂ ਖੁਸ਼ ਹੋਇਆ ਜਵਾਕ ਵੀ ਖੁਸ਼ ਹੈ ਜਵਾਕ ਘੱਟ ਅਤੇ ਉਹਨਾਂ ਦਾ ਪਿਓ ਜ਼ਿਆਦਾ ਹੁਣ ਆਪਾਂ ਚੱਲਦੇ ਹਾਂ ਘਰੇ ਹਨੇਰਾ ਹੋ ਗਿਆ ਅਤੇ ਕੱਲ੍ਹ ਨੂੰ ਅੱਜ ਮੈਂ ਡਿਊਟੀ 'ਤੇ ਨਹੀਂ ਜਾਣਾ ਰਾਤ ਨੂੰ ਅੱਜ ਫੁੱਲ ਨਾਈਟ ਫਿਰ ਆ ਸਾਡੀ ਪਾਰਟੀ ਚੱਲੂ ਘਰੇ ਦੋਨਾਂ ਭਾਈਆਂ ਦੀ ਹੈ ਨਾ ਫਿਰ ਦੇਖਾਂਗੇ ਲੌਂਗ ਲੇਟ ਨਾਈਟ ਦਾ ਕਿੱਥੇ ਜਾਂਦਾ ਕੰਮ ਅਗਰ ਕੋਈ ਪ੍ਰੋਗਰਾਮ ਬਣਿਆ ਤੁਹਾਨੂੰ ਜ਼ਰੂਰ ਇਨਫੋਰਮੇਸ਼ਨ ਜਾਊਗੀ ਅਦਰਵਾਈਜ਼ ਸ਼ੁਕਰਾਨ ਬਾਬਾ ਆਹ ਤੁਹਾਨੂੰ ਵੀਡੀਓ ਦਿਖਾਤੀ ਨਾ ਹਾਂ ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਬਾਈ ਨੇ ਪੁੱਛਿਆ ਗੱਡੀ ਕਿਹੜੀ ਚਾਹੀਦੀ ਹੈ ਤਾਂ ਆਪਾਂ ਕਿਹਾ ਸੀ ਆਪਾਂ ਨੂੰ ਇੱਜ਼ਤ ਚਾਹੀਦੀ ਹੈ ਰੋਡ ਦੇ ਉੱਤੇ
ਤੇ ਸ਼ਰਿਆਂ ਵਿੱਚ ਗੱਡੀ ਲਾਉਣੀ ਆ, ਮਤਲਬ ਦੋ ਟਰੈਕ ਇੱਧਰ ਲੈਫਟ ਨੂੰ ਜਾਂਦੇ ਆ ਤੇ ਬਾਕੀ ਉੱਧਰ ਸਟ੍ਰੇਟ ਨੂੰ ਜਾਂਦੇ ਆ ਸਿੱਧੇ, ਤੇ ਅਸੀਂ ਜਾਣਾ ਲੈਫਟ ਨੂੰ। ਤੇ ਮਾੜੀ ਗੱਡੀ ਨੂੰ ਨੀ ਕੋਈ ਰਾਹ ਦਿੰਦਾ ਇੱਥੇ, ਗੱਡੀ ਵੱਡੀ ਨੂੰ ਰਾਹ ਦਿੰਦੇ ਆ, ਮਤਲਬ ਵੱਡੀ ਨੀ ਕਹਿ ਸਕਦੇ ਆਪਾਂ ਵੀ ਨਹੀਂ ਚੱਲ, ਬਟ ਇਹ ਦੇਖਣ ਨੂੰ ਸਪੋਰਟਸ ਹੀ ਆ ਕੇ ਆ, ਲੁੱਕ ਦੇਖ ਕੇ ਬੰਦਾ ਸਿਰਫ ਲਾਈ ਆ ਅੱਧ ਵਿਚਾਲੇ, ਉਹ ਪਿੱਛੇ ਤੱਕ ਲਾਈਨ ਸੀਗੀ ਵਿਚਾਰ ਲਾਦੀ, ਉਹਨੇ ਆਪਣੇ ਬਰਾਹ ਦਿੱਤਾ। ਜੇ ਕਿਤੇ ਅਲਟੀਮਾ ਹੁੰਦੀ ਉਹਨੇ ਕਹਿਣਾ ਮੂਹਰੇ ਮੂਹਰੇ ਲਾਈ ਜਾਣੀ ਸੀ, ਰਾਹ ਦੇਣਾ ਹੀ ਨਹੀਂ ਸੀ ਕਿਸੇ ਨੇ। ਤੇ ਉਹੀ ਆ ਭਾਈ, ਇੱਜ਼ਤ ਚਾਹੀਏ, ਇੱਜ਼ਤ ਇੱਥੇ ਯਾਰ ਗੱਡੀ ਬਹੁਤ ਇੱਜ਼ਤ ਦਿੰਦੀ ਆ, ਕਰਾਉਂਦੀ ਆ, ਜਿਹੜੀ ਜਗ੍ਹਾ ਮਰਜ਼ੀ ਆ। ਇੱਥੇ ਮਤਲਬ ਐਂ ਵੀ ਹੁੰਦਾ ਬਾਈ, ਮਤਲਬ ਦੁਬਈ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਦਿੰਦੇ ਹੋ, ਲੋਕਾਂ ਨੂੰ ਪਤਾ ਨਹੀਂ ਲੱਗਦਾ, ਪਹਿਲਾਂ ਹੌਲੀ ਹੌਲੀ ਫਿਰ ਗੱਲਾਂ ਦੇ ਵਿੱਚ ਉਹ ਤੁਹਾਤੋਂ ਪੁੱਛਦੇ ਨੇ ਵੀ ਭਾਈ ਕੀ ਕੰਮ ਕਰਦਾ ਤੂੰ, ਤੇਰਾ ਕੰਮ ਕਰਕੇ ਜਾਂ ਤੇਰਾ ਡੈਜ਼ਿਗਨੇਸ਼ਨ ਤੇ ਤੇਰਾ ਡੈਜ਼ਿਗਨੇਸ਼ਨ, ਤੂੰ ਕਿੰਨੀ ਕੁ ਇਨਕਮ ਦਾ ਮਾਲਕ ਆ, ਉਹ ਗੈਸ ਕਰਦੇ ਆ ਉੱਥੋਂ ਵੀ ਮੈਂ ਇਹਨੂੰ ਇੱਜ਼ਤ ਕਿੰਨੀ ਕੁ ਦੇਣੀ ਆ, ਵੱਧ ਦੇਣੀ ਆ ਕਿਤੇ ਘੱਟ ਦੇਣੀ ਆ, ਇਹ ਮੇਰੇ ਜੀ ਦੇ ਲਾਇਕ ਹੈ ਜਾਂ ਨਹੀਂ ਹੈ। ਹਾਂ ਜੀ, ਇਹ ਜੂਰ ਦੇ ਲਾਇਕ ਹੈ, ਦੁਬਈ ਦਾ ਰੂਲ ਮਤਲਬ ਦੁਬਈ ਦੇ ਪੈਟਰਨ ਇਹ ਨੇ, ਸਹੀ ਹੈ ਨਾ। ਅਗਰ ਤੁਹਾਡੀ ਕੋਈ ਤਨਖਾਹ ਪੁੱਛ ਰਿਹਾ ਜਾਂ ਤੁਹਾਨੂੰ ਕੋਈ ਕੰਮ ਬਾਰੇ ਪੁੱਛ ਰਿਹਾ ਤਾਂ ਸਮਝ ਲਓ ਇਹ ਲਾ ਲਿਓ ਹਿਸਾਬ, ਤਾਂ ਉਹ ਅੰਦਾਜ਼ਾ ਲਾ ਰਿਹਾ ਵੀ ਮੈਂ ਇਹਨੂੰ ਇੱਜ਼ਤ ਕਿੰਨੀ ਕੁ ਦੇਣੀ ਹੈ। ਇੱਥੇ ਇਹ ਸੈਲਫਿਸ਼ ਲੋਕ ਨੇ ਮਤਲਬ ਪ੍ਰੋਪਰ, ਉਹੀ ਬੰਦਾ ਤੁਸੀਂ ਘੱਟ ਤਨਖਾਹ ਦੱਸ ਦਿਓ ਤੁਹਾਡੀ, ਮਤਲਬ ਤੁਸੀਂ ਤੁਹਾਡਾ ਅਹੁਦਾ ਜਾਂ ਕਿ ਥੋੜ੍ਹਾ ਜਿਹਾ ਘੱਟ ਦੱਸ ਦਿਓ, ਥੋੜ੍ਹਾ ਜਿਹਾ ਘੱਟ ਦੱਸ ਦਿਓ, ਅਤੇ ਦੇਖੋ ਉਹ ਤੁਹਾਨੂੰ ਉਸ ਹਿਸਾਬ ਨਾਲ ਉਹੀ ਲੈਵਲ ਨਾਲ ਬੁਲਾਊਗਾ, ਸ਼ਾਇਦ ਅੱਗੇ ਤੋਂ ਕੌਲ ਨਾ ਕਰੇ। ਤੁਸੀਂ ਉਹੀ ਬੰਦੇ ਨੂੰ ਚੀਜ਼ ਵਧਾ ਕੇ ਦੱਸ ਦਿਓ, ਹੈ ਨਾ, ਚੀਜ਼ ਵੱਧ ਦੱਸ ਦਿਓ, ਜੀ ਹਜ਼ੂਰੀ, ਉਹ ਜੀ ਹਜ਼ੂਰੀ ਤੁਹਾਡੇ ਲਈ ਚਾਹ ਵੀ ਲੈ ਕੇ ਆਊਗਾ, ਮਤਲਬ ਇਹ ਆ। ਔਰ ਇਹੀ ਪੈਟਰਨ ਐਪਲੀਕੇਬਲ ਬਾਈ ਇਹਨਾਂ ਨੇ ਕੀਤਾ ਹੋਇਆ ਆ ਕੈਫਟੇਰੀਆ ਵਾਲਿਆਂ ਨੇ, ਜਿੰਨੇ ਵੀ ਕੈਫਟੇਰੀਆ ਤੇ ਮੁੰਡੇ ਬਾਹਰ ਲੱਗੇ ਨੇ, ਤੁਸੀਂ ਉੱਥੇ ਜਾਂ ਛੋਟੀ ਗੱਡੀ ਲੈ ਕੇ ਚਲੇ ਜਾਓ, ਸਨੀ ਜਾਂ ਕੋਈ ਛੋਟੀ ਗੱਡੀ ਜਾਂ ਜੋ ਵੀ ਆ, ਹੈ ਨਾ, ਤੁਸੀਂ ਹਾਰਨ ਮਾਰੀ ਚੱਲੋ ਨਹੀਂ ਆਉਣਗੇ। ਨਹੀਂ ਕੰਪਨੀ ਦੀ ਗੱਡੀ ਮਿਲੀ ਸੀ ਸਨੀ, ਆਓ ਇਹ ਚਾਹ ਚੂ ਲੈਣ ਗਿਆ, ਕੜਕ ਹੁੰਦੀ ਇੱਕ ਤਰ੍ਹਾਂ ਦੀ, ਹੈ ਨੀ ਸੀ ਪਤਾ ਨੀ ਇਹਨੇ ਦੂਜੀ ਕਹੀ, ਉਹਨੇ ਪਹਿਲਾਂ ਰੇਟ ਦੱਸ ਮੇਰਾ ਕੋਲੀਗ ਸੀਗਾ ਨਾਲ ਆਫਿਸ ਵਾਲਾ, ਤੇ ਉਹ ਪਹਿਲੀ ਵਾਰ ਅਸੀਂ ਮਿਲੇ ਸੀਗੇ, ਨਵੀਂ ਉਹਨੇ ਜੁਆਇਨ ਕੀਤੀ ਸੀ, ਤੇ ਉਹਦੀ ਸਟਾਰਟ ਹੋਈ ਸੀ ਨਾਈਟ। ਮੈਂ ਕਿਹਾ ਚੱਲ ਆਪਾਂ ਚਾਹ ਪੀ ਲੈਂਦੇ ਹਾਂ, ਫਰੈਸ਼ ਮਿਲਕ ਪੀਣਾ, ਮੈਨੂੰ ਫਰੈਸ਼ ਹੀ ਵਧੀਆ ਲੱਗਦੀ, ਆਉਂਦੀ 5 ਦਰਾਮ ਦੀ ਆਉਂਦੀ ਹੈ, 4-5 ਦਰਾਮ ਦੀ, ਤੇ ਕਿਤੇ ਸਸਤੀ ਵੀ ਆਉਂਦੀ ਹੋਣੀ ਹੈ, ਲੇਕਿਨ ਉੱਥੇ 4-5 ਦਰਾਮ ਦੀ ਹੈ। ਸਾਡੇ ਕੋਲ ਸੀਗੀ ਸਨੀ ਕੰਪਨੀ ਦੀ ਗੱਡੀ, ਅਤੇ ਉਹਨੇ ਮੈਂ ਜਦ ਔਡਰ ਕੀਤਾ ਮੈਂ ਕਿਹਾ ਫਰੈਸ਼ ਮਿਲਕ ਹੈਗੀ ਆ, ਕਹਿੰਦਾ ਹੈ ਤਾਂ ਹੈ ਲੇਕਿਨ 5 ਦਰਾਮ ਕਾ ਹੈ। ਉਹਨੇ ਸਾਨੂੰ ਨਹੀਂ ਦੇਖਿਆ ਅੰਦਰ ਕੌਣ ਬੈਠਾ, ਲੇਕਿਨ ਉਹਨੇ ਗੱਡੀ ਪਛਾਣ ਲਈ ਵੀ ਗੱਡੀ ਛੋਟੀ ਆ, ਇਹਨਾਂ ਨੂੰ ਮੈਂ ਰੇਟ ਦੱਸਦਾ, ਸ਼ਾਇਦ ਇਹ ਕਹਿਣ ਭਾਈ ਰਹਿਣ ਦੇ ਬਹੁਤ ਮਹਿੰਗੀ ਆ ਵੀ ਤੂੰ ਜੋ 1 ਦਰਾਮ ਵਾਲੀ ਲਿਆ, ਹੈ ਨਾ, ਮਤਲਬ ਆਪਦੀ ਪਰਸਨਲ ਐਕਸਪੀਰੀਅੰਸ ਹੁੰਦੇ ਆ ਸਾਰੇ ਇਹ ਜੋ ਅਸੀਂ ਸ਼ੇਅਰ ਕਰਦੇ ਹਾਂ। ਇੱਥੇ ਸਾਰਾ ਪੈਟਰਨ ਕੈਫਟੇਰੀਆ ਵਾਲਿਆਂ ਨੇ ਇਹ ਆ। ਅੱਛਾ, ਉਹੀ ਕੈਫਟੇਰੀਏ ਤੇ ਉਹੀ ਬੰਦੇ ਸਾਹਮਣੇ ਤੁਸੀਂ ਵੱਡੀ ਗੱਡੀ ਲੈ ਕੇ ਖੜੇ ਹੋ ਜਾਓ, ਹੌਰਨ ਮਾਰੋ, ਮੈਂ ਕਹਿੰਦਾ 2 ਲੱਤਾਂ ਨਾਲ ਦੀਆਂ ਦੀ ਵੀ ਫੜ ਕੇ ਲਿਆਉਂਦੇ ਨੇ ਆਪਦੀਆਂ, ਇੰਨੀ ਤੇਜ਼ ਆਉਂਦੇ ਨੇ ਫਿਰ ਉਹ, ਹੈਂ, ਇਹ ਅੱਜ ਕੱਲ੍ਹ ਬਾਈ ਪੈਸੇ ਦਾ ਰੁਤਬਾ ਅਤੇ ਪੈਸੇ ਦੀ ਅਣਖ ਇਹ ਹੁੰਦੀ ਆ, ਅੱਜ ਕੱਲ੍ਹ ਸਿਸਟਮ ਇਹ ਚੱਲਿਆ ਹੋਇਆ ਦੁਬਈ ਦੇ, ਚੱਲਿਆ ਤਾਂ ਪੁਰਾਣਾ ਹੀ ਆ, ਅਸੀਂ ਓਬਜ਼ਰਵ ਕਰਦੇ ਰਹਿੰਦੇ ਹਾਂ, ਇੱਕ ਨਵੀਂ ਗੱਲ ਤੁਹਾਨੂੰ ਦੱਸਦੀ ਆ ਬਈ, ਇੱਥੇ ਨਹੀਂ ਮੈਨੂੰ ਲੱਗਦਾ ਸਾਰੇ ਕਿਤੇ ਇਹੀ ਹਿਸਾਬ ਹੀ ਹੋ ਗਿਆ, ਸਾਰੇ ਪਾਸੇ ਇਹੀ ਆ ਬਾਈ, ਪੈਸੇ ਦਾ ਰੋਹ ਵਾ, ਹਾਲਾਂ ਕਹਿੰਦਾ ਨਾ ਮੈਂ ਸਿੰਪਲ ਸਿਟੀ ਦੇ ਵਿੱਚ ਜਿਉਣਾ ਚਾਹੁੰਦਾ, ਤੈਨੂੰ ਦੀਵਾਨੀ ਨਹੀਂ ਪੁੱਛਣੀ ਅਗਲੇ ਨੇ, ਠੀਕ ਹੈ ਨਾ, ਤੈਨੂੰ ਭੈਣ ਜਿਹਾ ਜਿਹਾ ਲੈਵਲ ਕੁੱਤੇ ਦਾ ਉਹੋ ਜਿਹਾ ਬਣਾ ਕੇ ਰੱਖੂ। ਅੱਛਾ, ਜਾਂ ਜੋ ਫਿਰ ਬੰਦੇ ਨੂੰ ਪਤਾ ਲੱਗਿਆ ਤਾਂ ਭਾਰੀ ਚੀਜ਼ ਆ, ਹੈ ਨਾ, ਮੈਂ ਤਾਂ ਇਹਨੂੰ ਤੂੰ ਤੜਾਂ ਕਰਕੇ ਗੱਲ ਕਰਦਾ ਰਿਹਾ, ਐਵੇਂ ਤਾਂ ਭਾਰੀ ਚੀਜ਼ ਆ, ਫਿਰ ਹੌਲੀ ਹੌਲੀ ਚੇਂਜ ਹੋ ਜਾਣਾ ਬੰਦੇ ਨੇ ਵੀ ਹਾਂ ਨਹੀਂ ਯਾਰ ਇਹਨੂੰ ਪਤਾ ਜੀ ਹਜ਼ੂਰੀ ਕਰਨੀ ਪੈਣੀ ਹੈ ਬਈ, ਬਹੁਤ ਰਹਿ ਦੁਨੀਆ ਯਾਰ। ਚਲੋ, ਸਾਰੇ ਅਲੱਗ ਅਲੱਗ ਮਾਹੌਲ ਦੇ ਵਿੱਚ ਪਲੇ ਨੇ, ਜੰਮੇ ਨੇ, ਹਰ ਇੱਕ ਦਾ ਅਲੱਗ ਅਲੱਗ ਦਿਮਾਗ ਆ, ਅਤੇ ਸਾਨੂੰ ਤਾਂ ਇੰਨੀ ਕੁ ਸਮਝ ਆ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ ਗੱਲਾਂ। ਲੇਕਿਨ ਆਹ ਵਲੌਗ ਸਾਨੂੰ ਦੇਖ ਕੇ ਦੱਸ ਦਿਓ ਕਿੱਦਾਂ ਲੱਗਿਆ। ਬਾਬਾਸ ਕਿੱਧਰੋਂ ਆਇਆ ਸੀ ਰਾਤ ਨੂੰ, ਗੱਲ ਪਤਾ ਕੀ, 1 ਵੱਜ ਗਿਆ, ਆਰਡਰ ਕੀਤਾ ਸੀ ਆਪਾਂ ਔਨਲਾਈਨ, ਠੀਕ ਆ, ਉਹਨਾਂ ਨੇ ਕਰਤਾ ਡਿਲੇ, ਬੜਾ ਜ਼ਿਆਦਾ ਡਿਲੇ ਕਰਤਾ, ਪਹਿਲੀ ਵਾਰ ਅਤੇ ਆਪਾਂ ਥੋੜ੍ਹਾ ਜਿਹਾ ਹੋ ਗਏ ਉਹਨਾਂ ਨਾਲ ਗੁੱਸੇ, ਮਤਲਬ ਫੇਸ ਟੂ ਫੇਸ, ਹੈਂ, ਅਤੇ ਹੁਣ ਆਪਾਂ ਲਿਆਂਦਾ ਬਾਹਰੋਂ ਖਾਣ ਪੀਣ ਨੂੰ, ਗੱਲ ਹੈਗੀ ਇੱਦਾਂ, ਜੇ ਅਸੀਂ ਟੈਬ ਤੇ ਕੈਮਰਾ ਓਪਨ ਕਰ ਲਈਏ ਤੁਹਾਨੂੰ ਸਹੀ ਗੱਲ ਆ ਵਧੀਆ ਕੰਟੈਂਟ ਮਿਲੇ, ਲੇਕਿਨ ਅਸੀਂ ਟੈਬ ਤੇ ਭੁੱਲ ਜਾਂਦੇ ਹਾਂ।
ਹੁਣ ਅਸੀਂ ਬਾਏ ਬੂਏ ਸਾਰਾ ਕੁਛ ਕਰ ਲਿਆਂਦਾ ਹਨਾ ਤੇ ਹੁਣ ਜਾ ਕੇ ਅਸੀਂ ਕੈਮਰਾ ਆਨ ਕੀਤਾ ਵਾ ਠੀਕ ਆ ਤੇ ਅਗਰ ਤੁਹਾਨੂੰ ਪੂਰਾ ਅਸੀਂ ਜਰਨੀ ਦਿਖਾਈਏ ਚੱਲ ਬੇਟਾ ਆ ਕੀ ਜੇ ਅਸੀਂ ਤੁਹਾਨੂੰ ਪੂਰੀ ਜਰਨੀ ਦਿਖਾਈ ਆਪਦੀ ਤਾਂ ਤੁਹਾਨੂੰ ਮੈਨੂੰ ਪ੍ਰੀਟੀ ਮਚ ਸ਼ੋਰ ਆ ਕਿ ਤੁਹਾਨੂੰ ਵਧੀਆ ਲੱਗੂਗੀ ਇਹ ਚੀਜ਼ ਕਿਉਂ ਸਲੀਮ ਬਿਲਕੁਲ ਬਾਈ ਕੱਲ ਸਵੇਰੇ ਬਾਬਾ।